ਲਓ ਜੀ ਅੱਜ ਫੇਰ ਨਾਂ ਦੀ ਫਰਮਾਇਸ਼ ਹੋਈ ਸੀ ਕੱਲ ਭਟੂਰਿਆਂ ਦਾ ਆਟਾ ਵਧਿਆ ਸੀ ਤੇ ਮੈਂ ਇੱਕ ਬਣਾ ਕੇ ਦਿੱਤਾ ਘਰਦਿਆਂ ਨੂੰ ਤੇ ਇਹਨਾਂ ਦੇ ਹੁਣ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੋ ਗਈ ਆ ਇਹ ਕਹਿੰਦੇ ਸਾਨੂੰ ਅੱਜ ਫੇਰ ਚਾਹੀਦਾ ਸੋ ਅੱਜ ਆਪਾਂ ਫੇਰ ਲੱਗੇ ਆ ਨਾਨ ਬਣਾਉਣ ਮੈਦਾ ਆਪਾਂ ਲਾ ਲਿਆ ਸੀਗਾ ਸਵੇਰੇ ਬਸ ਇੱਦਾਂ ਇਹਦੇ ਥੋੜ੍ਹੀਆਂ ਜਿਹੀਆਂ ਮੋਰੀਆਂ ਜਿਹੀਆਂ ਕਰ ਲੈਣੀਆਂ ਜਦੋਂ ਲਾਉਣ ਤੋਂ ਪਹਿਲਾਂ ਫਿਰ ਇਹ ਫੁੱਲਦਾ ਨਹੀਂ ਹਵਾ ਨਹੀਂ ਭਰਦੀ ਇਹਦੇ 'ਚ ਥੱਲੋਂ ਅਤੇ ਆਪਾਂ ਇਹਦੇ ਲਾਉਣਾ ਪਾਣੀ ਇੱਕ ਪਾਸੇ ਪਾਣੀ ਲੱਗ ਗਿਆ ਚੰਗੀ ਤਰ੍ਹਾਂ ਜਦੋਂ ਤਾਂ ਉੱਧਰ ਆਪਾਂ ਗਰਮ ਰੱਖਿਆ ਹੋਇਆ ਲੋ ਗੈਸ 'ਤੇ ਰੱਖਿਆ ਹੋਇਆ ਪਰ ਮੈਂ ਆਪਣੇ ਨਾਂ ਉੱਤੇ ਤਲੇ ਦੇ ਪੈ ਗਏ ਇਹਨੂੰ ਆਪਾਂ ਸੇਕਣਾ ਥੋੜ੍ਹਾ ਜਿਹਾ ਇਹਨੂੰ ਹਵਾ ਲੱਗ ਜੂਗਾ ਤੁਹਾਨੂੰ ਪਤਾ ਲੱਗ ਜੂਗਾ ਨਾ ਥੜੇ ਪਾਸੇ ਉਹ ਰੰਗ ਚੇਂਜ ਹੋਣ ਲੱਗ ਜਾਣਾ ਥੋੜ੍ਹਾ ਜਿਹਾ ਇਹਨੂੰ ਸੇਕ ਲੱਗੂਗਾ ਮੈਂ ਥੋੜ੍ਹਾ ਜਿਹਾ ਮੀਡੀਅਮ ਗੈਸ 'ਤੇ ਇਹਨੂੰ ਰੱਖਿਆ ਹੋਇਆ ਆਹ ਦੇਖੋ ਚਾਲੋ ਚਾਲੋ ਤੁਸੀਂ ਦੇਖਦੇ ਹੋਵੋਗੇ ਇੱਥੇ ਨਾ ਰੰਗ ਚੇਂਜ ਹੋਣ ਲੱਗ ਗਿਆ ਇੱਥੇ ਅਤੇ ਬਸ ਆਪਾਂ ਹੋਰ 30 ਸੈਕਿੰਡ ਇਹਨੂੰ ਆਪਾਂ ਇੱਦਾਂ ਰੱਖਾਂਗੇ ਸਾਰੇ ਦਾ ਆਲਮੋਸਟ ਇੱਦਾਂ ਦਾ ਰੰਗ ਦਾ ਹੋ ਗਿਆ ਫਿਰ ਆਪਾਂ ਇਹਨੂੰ ਚੇਂਜ ਕਰਨਾ ਸ਼ੁਰੂ ਕਰ ਦਾਂਗੇ ਇੱਧਰੋਂ ਆਪਾਂ ਗੈਸ ਹਾਈ ਕਰ ਦਾਂਗੇ ਕਿਉਂਕਿ ਦੂਜੀ ਸਾਈਡ ਆਪਾਂ ਪਕਾਉਣੀ ਹੈ ਹਾਈ ਗੈਸ 'ਤੇ ਆਲਮੋਸਟ ਆਲਮੋਸਟ ਕਲਰ ਸਾਰਾ ਹੀ ਚੇਂਜ ਹੋ ਗਿਆ ਹੁਣ ਆਪਾਂ ਇੱਦਾਂ ਕਰਕੇ ਬਸ ਇਹਨੂੰ ਤੁਸੀਂ ਸੇਕ ਦੇ ਉੱਤੇ ਅੱਗੇ ਪਿੱਛੇ ਕਰੀ ਜਾਣਾ ਤਾਂ ਇਹ ਕੁਛ ਕੁ ਟਾਈਮ ਦੇ ਵਿੱਚ ਹੀ ਇਹ ਤੁਹਾਡਾ ਨਾਨ ਜਿਹੜਾ ਬਣ ਕੇ ਰੈਡੀ ਹੋ ਜਾਊਗਾ ਸੇਕ ਕੋਲੋਂ ਹੱਥ ਆਪਦਾ ਬਚਾ ਕੇ ਰੱਖਿਓ ਜੇ ਮੈਨੂੰ ਮੇਰੇ ਹੱਥ ਨੂੰ ਸੇਕ ਪੈ ਰਿਹਾ ਲੰਮੀ ਡੰਡੀ ਵਾਲਾ ਹੋਵੇ ਤਾਂ ਹੋਰ ਵੀ ਬੈਟਰ ਆ ਲਓ ਜੀ ਦੇਖੋ ਆਪਣਾ ਨਾਨ ਮੰਗ ਕੇ ਲੈ ਕੁਛ ਸੈਕਿੰਡ ਦੇ ਵਿੱਚ